ਬਾਬਾ ਜੀ ਕਿੱਧਰ ਚਲਾ ਗਿਆ ਸਾਰੇ ਮਰੀਦ ਮੈਂ ਘਰ ਨੂੰ ਚੱਲਿਆ السلام علیکم جی میرے پیارے دوستو میں امید کرنا کہ تسی خیر وفیت دے نال ہو تے میں بھی خیر وفیت دے نال تے میں اس ٹائم قصور دے علاقے کماں چشتی دے کول تے ایتھے اکبر سنگھ ریچاں نوں گنہریاں چ پا رہے نے ایسا ٹرپیے بابا جی رندے لگے نے تے اسی دساں دیاں گنہریاں ہور لینیاں نے تے گنہریاں بابا جی آپ دے ہتھاں نال تیار کردے پئے نے تے اس تو بعد اسی شیخ پنڈ جانا دربار تے تانوں دربار بھی مکمل وایا جائے گا تے سب تو پہلو گنے دی محنت مہانے تو ਇਹ ਭਾਈ ਇਹ ਗੰਨਾ ਛਿਲਦੇ ਪਏ ਨੇ ਇਹ ਤੁਸੀਂ ਮਾਸ਼ਾਅੱਲਾ ਵੇਖ ਸਕਦੇ ਹੋ ਬਾਬਾ ਜੀ ਇਹ ਆਪਦੇ ਹੱਥਾਂ ਨਾਲ ਗਨੇਰੀ ਤਿਆਰ ਕਰ ਰਹੇ ਨੇ ਹੁਣ ਚੱਲੇ ਅਸੀਂ ਸ਼ੇਖਮ ਅਰਸਲਾਨ ਬਾਬਾ ਜੀ ਸ਼ੇਖਮ ਤੋਂ ਪਹਿਲੋਂ ਰਸਤੇ ਦੇ ਵਿੱਚ ਮਾਲਟੇ ਵਾਲਾ ਮਿਲਿਆ ਤੇ ਅਰਸਲਾਨ ਸਾਨੂੰ ਮਾਲਟੇ ਲੈ ਕੇ ਦੇਣ ਲੱਗਾ ਇਹ ਸਾਹਮਣੇ ਮਾਸ਼ਾਅੱਲਾ ਜੀ ਹੱਕ ਬਰਸ਼ੇ ਦੇ ਅਰਸਲਾਨ ਨਾਲ ਕਮਾਈ ਬਹੁਤ ਹੋ ਰਹੀ ਹੈ ਕਮਾਈ ਬਹੁਤ ਹੋ ਰਹੀ ਹੈ ਕਿਲੋ ਮਾਲਟੇ ਅਸੀਂ ਲੈਣ ਲੱਗੇ ਆ ਜਨਾਬ ਮੈਂ ਸ਼ੁਕਰੀਆ ਅਦਾ ਕਰਨ ਲੱਗਾ ਇਹ ਮੇਰੇ ਦੋਸਤ ਆਏ ਨੇ ਮੁਹੱਬਤਾਂ ਸਦਾ ਦੇਣ ਲੱਗਾ ਇਹਨੇ ਮਾਨ ਖਾਨ ਨੂੰ ਬਹੁਤ ਪਾਇਆ ਇਹਨਾਂ ਨੇ ਚੰਗੇ ਦਿੱਤੇ ਅਸੀਂ ਨਹੀਂ ਇਮਰਾਨ ਖਾਨ ਵੋਟ ਪਾਇਆ ਆਰਮੀ ਜਿੱਤਿਆ ਆਰਮੀ ਨੇ ਹੁਣ ਇਹਨੇ ਸਾਡੇ ਕੋਲ ਇੱਕ ਰੁਪਇਆ ਨੀ ਲੈਣਾ ਕਿਲੋ ਮਾਲਟ ਦੇਣ ਲੱਗਾ ਠੀਕ ਹੈ ਬਿਲਕੁਲ ਬਿਲਕੁਲ ਮੈਂ ਆਪੇ ਪੈ ਗਿਆ ਬਿਲਕੁਲ ਠੀਕ ਬਿਲਕੁਲ ਬਿਲਕੁਲ ਨਹੀਂ 70 ਰੁਪਏ ਤਮਾਸ਼ਾ ਇਹ ਵੀ ਇਹਦੀਆਂ ਗੱਲਾਂ ਸੁਣ ਤੂੰ ਕਦੇ ਖਾਧਾ ਨੀਂ ਸਾਰੇ ਥੱਥੇ ਹੀ ਨੀ ਇੱਥੇ ਇਹ ਜਿਹੜਾ ਮਾਲਟਾ ਚਾਚੇ ਨੇ ਮੈਨੂੰ ਖੁਦ ਕਿਹਾ ਕਿ ਗਿਫਟ ਕਰ ਸਕਦੇ ਤੈਨੂੰ ਖਾ ਲਾ ਖਾਲਾ ਕਿੰਨਾ ਪੰਜਾਂ ਮਿੰਟਾਂ ਚ ਇੱਧਰ ਗੱਲ ਸੁਣ ਚਲੋ ਇਹ ਆਪਣਾ ਸੌਦਾ ਬਹਰਹਾਲ ਇੱਥੇ ਹੁਣ ਚੱਲੀਏ ਸ਼ੇਹਮ ਜੀ ਅਸੀਂ ਪਹੁੰਚ ਗਏ ਹਾਂ ਸ਼ੇਹਮ ਦਰਬਾਰ ਤੇ ਇਹ ਸਾਹਮਣੇ ਖੂਹ ਹੈ ਤੇ ਇਹ ਮਾਸ਼ਾਅੱਲਾ ਦਰਬਾਰ ਹੈ ਤੁਸੀਂ ਵੇਖ ਸਕਦੇ ਹੋ ਝੰਡੇ ਲਹਿਰਾ ਰਹੇ ਨੇ ਤੇ ਅੱਕ ਬਰਸ਼ਦ ਵਧੂ ਕਰ ਅੱਕ ਤੋਂ ਵਧੂ ਕਰ ਲਗਾ ਤੇ ਇਹ ਜਿਹੜਾ ਅਰਸਲਾਨ ਹੈ ਇਹ ਤੁਸੀਂ ਵੇਖ ਲਓ ਪਾਣੀ ਕੱਢ ਰਿਹਾ ਇਹ ਖੂਹ ਜੀ ਮਾਸ਼ਾਅੱਲਾ ਜੀ ਮਾਸ਼ਾਅੱਲਾ ਪੁਰਾਣੇ ਜ਼ਮਾਨੇ ਦਾ ਤੇ ਇਹ ਤੁਸੀਂ ਵੇਖੋ ਹੁਣ ਪਾਣੀ ਨਿਕਲੇ ਕਹਿੰਦੇ ਇਹ ਪਾਣੀ ਆ ਗਿਆ ਬੋਕਾ ਜਿਹਨੂੰ ਕਿਹਾ ਜਾਂਦਾ ਕਿ ਬੋਕਾ ਪਾਣੀ ਸਾਫ਼ ਹੈ ਅਤੇ ਇਹ ਵੀ ਮਾਸ਼ਾਅੱਲਾ ਦਰਬਾਰ ਹੈ ਇਸ ਤੋਂ ਬਾਅਦ ਜਾ ਕੇ ਉਸ ਤੋਂ ਬਾਅਦ ਬਾਬਾ ਜੀ ਅੱਕ ਬਰਸ਼ ਜਾਏਗਾ ਖਾਣਾ ਛਾਣਾ ਸਾਨੂੰ ਖੁਆਏਗਾ ਇਹ ਦਰਬਾਰ ਦੇ ਜਦੋਂ ਇਹ ਮਾਸ਼ਾਅੱਲਾ ਦਰਬਾਰ ਦਾ ਸੇਣ ਹੈ ਮਾਸ਼ਾਅੱਲਾ ਤੁਸੀਂ ਵੇਖ ਸਕਦੇ ਬਾਬੇ ਦੇ ਦਰ 'ਤੇ ਲੰਗਰ ਇਹ ਬਾਲਣ ਵੇਖੋ ਰੋਟੀ ਵਾਸਤੇ
ਅਸੀਂ ਲੰਗਰ ਕਰ ਲੰਗੇ ਆ